ਸਤਿ ਸ਼੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਦੇ ਪ੍ਰਸਿੱਧ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਗੱਲ ਕਰਾਂਗੇ। ਲਾਲਾ ਧਨੀ ਰਾਮ ਚਾਤ੍ਰਿਕ ਦਾ ਸੰਬੰਧ ਜੋ ਹੈ ਆਧੁਨਿਕ ਪੰਜਾਬੀ ਸਾਹਿਤ ਦੇ ਮੁੱਢਲੇ ਕਵੀਆਂ ਦੇ ਨਾਲ ਮੰਨਿਆ ਜਾਂਦਾ ਹੈ। ਅਸਲ ਵਿੱਚ ਇਹ ਆਧੁਨਿਕ ਅਤੇ ਪ੍ਰਾਚੀਨ ਕਵਿਤਾ ਵਿਚਕਾਰ ਇੱਕ ਕੜੀ ਦਾ ਕੰਮ ਕਰਨ ਵਾਲੇ ਕਵੀ ਹਨ। ਇਹਨਾਂ ਨੇ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੀ ਤਰੱਕੀ ਦੇ ਲਈ ਸੇਵਾ ਸਾਧਨਾ ਕਰਦਿਆਂ ਹੋਇਆਂ ਨਿਰੰਤਰ ਕੰਮ ਕੀਤਾ। ਇਹਨਾਂ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪੱਸੀਆਂਵਾਲਾ ਜ਼ਿਲ੍ਹਾ ਸਿਆਲਕੋਟ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਵਿਖੇ ਹੋਇਆ। ਇਹਨਾਂ ਦੇ ਪਿਤਾ ਪੋਹੂਮਲ ਅਤੇ ਮਾਤਾ ਦਾ ਨਾਮ ਲਕਸ਼ਮੀ ਦੇਵੀ ਸੀ। ਧਨੀ ਰਾਮ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਇਹਨਾਂ ਦੇ ਮਾਪੇ ਜੋ ਸਨ ਲੋਪੋ ਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਆ ਗਏ। ਭਾਵ ਉਸ ਸਮੇਂ ਦੇ ਸਿਆਲਕੋਟ ਜੋ ਕਿ ਅੱਜ ਪਾਕਿਸਤਾਨ ਵਿੱਚ ਹੈ ਉਸਨੂੰ ਛੱਡ ਕੇ ਉਹ ਅੰਮ੍ਰਿਤਸਰ ਦੇ ਲੋਪੋਕਰ ਪਿੰਡ ਦੇ ਵਿੱਚ ਉਹਨਾਂ ਨੇ ਆ ਡੇਰੇ ਲਾਏ। ਬਚਪਨ ਇਹਨਾਂ ਦਾ ਪਿੰਡ ਵਿੱਚ ਹੀ ਬੀਤਿਆ ਜਿੱਥੇ ਇਹਨਾਂ ਨੇ ਪ੍ਰਾਇਮਰੀ ਜਮਾਤ ਤੱਕ ਦੀ ਸਿੱਖਿਆ ਜੋ ਸੀ ਹਾਸਿਲ ਕੀਤੀ, ਪਰ ਆਰਥਿਕ ਔਕੜਾਂ ਕਰਕੇ ਆਪਣੀ ਪੜ੍ਹਾਈ ਅੱਗੇ ਜਾਰੀ ਨਾ ਰੱਖ ਸਕੇ। ਅਤੇ ਬਚਪਨ ਦੇ ਵਿੱਚ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਪੇਂਡੂ ਮਾਹੌਲ ਨੂੰ ਜੁੜਿਆ ਹੈ ਬੜੀ ਨੇੜਿਓਂ ਵੇਖਿਆ ਮਾਣਿਆ। ਪਿੰਡਾਂ ਦੇ ਵਿਚਲੇ ਜੋ ਛਿੰਝ ਤਮਾਸ਼ੇ ਹੁੰਦੇ ਸਨ, ਖੇਡਾਂ ਹੁੰਦੀਆਂ ਸਨ, ਆਮ ਤੌਰ 'ਤੇ ਪਿੰਡਾਂ ਦੇ ਵਿੱਚ ਰਾਸਾਂ ਰਚਾਈਆਂ ਜਾਂਦੀਆਂ ਸਨ, ਭਜਨ ਮੰਡਲੀਆਂ ਆਉਂਦੀਆਂ ਸਨ। ਭਾਵ ਇਹਨਾਂ ਹਾਸਿਆਂ ਠੱਠਿਆਂ ਭਰੇ ਜੀਵਨ ਨੂੰ ਮਾਣਦਿਆਂ ਹੋਇਆਂ ਇਹਨਾਂ ਨੇ ਆਪਣਾ ਬਚਪਨ ਬਿਤਾਇਆ। ਔਰ ਉਸ ਬਚਪਨ ਦਾ ਇਹਨਾਂ ਦੀ ਸਾਰੀ ਉਮਰ ਭਾਵ ਉਮਰ ਭਰ ਇਹਨਾਂ ਦੀ ਜ਼ਿੰਦਗੀ ਦੇ ਉੱਤੇ ਬੜਾ ਖਾਸਾ ਪ੍ਰਭਾਵ ਰਿਹਾ। ਇਹਨਾਂ ਨੇ ਜੋ ਵੀ ਲਿਖਿਆ, ਜੋ ਵੀ ਸਾਹਿਤ ਸਿਰਜਣਾ ਕੀਤੀ, ਉਸ ਦੇ ਵਿੱਚ ਇਹਨਾਂ ਦੇ ਪੇਂਡੂ ਜੀਵਨ ਦਾ ਜੋ ਹੈ ਵਿਸ਼ੇਸ਼ ਪ੍ਰਭਾਵ ਨਜ਼ਰ ਆਉਂਦਾ ਹੈ। ਅੰਤ 1854 ਨੂੰ ਇਹਨਾਂ ਦਾ ਦੇਹਾਂਤ ਹੋ ਜਾਂਦਾ ਹੈ। ਖਾਸ ਗੱਲ ਧਿਆਨਯੋਗ ਕਿ 1872 ਦਾ ਜਨਮ ਭਾਈ ਵੀਰ ਸਿੰਘ ਦਾ ਹੈ ਔਰ ਭਾਈ ਵੀਰ ਸਿੰਘ ਤੋਂ 4 ਸਾਲ ਬਾਅਦ ਜੋ ਹੈ ਇਹਨਾਂ ਦਾ ਜਨਮ ਹੋਇਆ ਹੈ ਔਰ ਭਾਈ ਵੀਰ ਸਿੰਘ ਤੋਂ 3 ਸਾਲ ਪਹਿਲਾਂ ਇਸ ਸੰਸਾਰ ਤੋਂ ਰੁਖਸਤ ਕਰ ਗਏ ਹਨ। ਇਹਨਾਂ ਨੇ ਸਾਰੀ ਉਮਰ ਜੋ ਕਿੱਤਾ ਭਾਵ ਜੋ ਪ੍ਰੋਫੈਸ਼ਨ ਅਪਣਾਇਆ, ਜੋ ਕੰਮਕਾਰ ਕੀਤਾ ਹੈ ਬਚਪਨ ਦੇ ਵਿੱਚ, ਕਿਉਂਕਿ ਜਿਵੇਂ ਪਹਿਲਾਂ ਵੀ ਦੱਸਿਆ ਹੈ ਕਿ ਆਰਥਿਕ ਔਕੜਾਂ ਕਰਕੇ ਅੱਗੇ ਨਹੀਂ ਸਨ ਪੜ੍ਹ ਸਕੇ, ਅਤੇ ਉਸ ਸਮੇਂ ਹੀ ਇਹਨਾਂ ਨੇ ਆਪਣੀ ਜੋ ਹੈ ਰੁਜ਼ਗਾਰ ਦੇ ਸਾਧਨ ਦੇ ਲਈ ਵਸੀਕਾ ਨਵੀਸੀ ਜੋ ਸੀ ਸਿੱਖਣੀ ਸ਼ੁਰੂ ਕਰ ਦਿੱਤੀ। ਕਿਉਂ? ਕਿਉਂਕਿ ਇਹਨਾਂ ਦੀ ਲਿਖਾਈ ਬਹੁਤ ਸੁੰਦਰ ਸੀ। ਅਤੇ ਬਾਅਦ ਦੇ ਵਿੱਚ ਇਹ ਭਾਈ ਵੀਰ ਸਿੰਘ ਦੇ ਸੰਪਰਕ ਵਿੱਚ ਆਏ ਅਤੇ ਉਹਨਾਂ ਦੀ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਇਹਨਾਂ ਨੇ 17 ਸਾਲ ਦੀ ਉਮਰ ਵਿੱਚ ਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਇਹਨਾਂ ਨੇ ਭਾਈ ਵੀਰ ਸਿੰਘ ਦੇ ਸੰਪਰਕ ਵਿੱਚ ਆ ਕੇ ਸਾਹਿਤ ਲਿਖਣ ਦੀ ਜੋ ਹੈ ਇਹਨਾਂ ਨੂੰ ਚੇਟਕ ਲੱਗੀ, ਭਾਵ ਲਗਨ ਲੱਗੀ। ਗੁਰਮੁਖੀ ਲਿਪੀ ਦੇ ਟਾਈਪ ਸੈੱਟ ਕਰਨ ਦਾ ਵੀ ਜੋ ਸਿਹਰਾ ਹੈ ਉਹ ਧਨੀ ਰਾਮ ਚਾਤ੍ਰਿਕ ਦੇ ਸਿਰ ਜਾਂਦਾ ਹੈ। ਇਹਨਾਂ ਨੇ ਗੁਰਮੁਖੀ ਲਿਪੀ ਦਾ ਜੋ ਟਾਈਪ ਸੀ ਉਸਨੂੰ ਬੜਾ ਉਸਦੇ ਵਿੱਚ ਸੁਧਾਰ ਕੀਤਾ, ਭਾਵ ਉਸਨੂੰ ਮਿਆਰੀ ਬਣਾਇਆ ਅਤੇ ਸਟੈਂਡਰਡ ਟਾਈਪ ਫਾਊਂਡਰੀ ਦੀ ਸਥਾਪਨਾ ਕੀਤੀ। ਧਨੀ ਰਾਮ ਚਾਤ੍ਰਿਕ ਦੀਆਂ ਰਚਨਾਵਾਂ ਜੋ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਇਹਨਾਂ ਨੇ 1904 ਈਸਵੀ ਦੇ ਵਿੱਚ ਫੁੱਲਾਂ ਦੀ ਟੋਕਰੀ ਨਾਮ ਦਾ ਕਾਵਿ ਸੰਗ੍ਰਹਿ ਜੋ ਸੀ ਉਹ ਪ੍ਰਕਾਸ਼ਿਤ ਕਰਵਾਇਆ, ਜਿਸ ਦੇ ਵਿੱਚ ਰਵਾਇਤੀ ਕਿਸਮ ਦੀਆਂ ਜਾਂ ਪਰੰਪਰਾਗਤ ਢੰਗ ਦੀਆਂ ਕਵਿਤਾਵਾਂ ਸਨ। ਇਸ ਤੋਂ ਬਾਅਦ ਇਹਨਾਂ ਨੇ ਭਰਥਰੀ ਹਰੀ ਅਤੇ ਨਲ ਦਮਯੰਤੀ ਨਾਮ ਦੇ ਦੋ ਕਿੱਸੇ ਲਿਖੇ।
ਕਿਉਂਕਿ ਬਾਕੀ ਇਹਨਾਂ ਦੇ ਕਾਵਿ ਸੰਗ੍ਰਹਿ ਹਨ। ਇਹਨਾਂ ਦੋਹਾਂ ਨੂੰ ਹਾਈਲਾਈਟ ਕਰਨ ਦਾ ਮਕਸਦ ਜੋ ਹੈ ਇਹ ਹੈ ਕਿ ਇਹ ਦੋਵੇਂ ਇਹਨਾਂ ਦੇ ਕਿੱਸੇ ਸਨ ਜੋ ਭਰਥਰੀ ਹਰੀ ਅਤੇ ਨਲ ਦਮਿਅੰਤੀ 1905 ਅਤੇ 1906 ਦੇ ਵਿੱਚ ਪ੍ਰਕਾਸ਼ਿਤ ਹੋਏ, ਅਤੇ ਇਸ ਤੋਂ ਬਾਅਦ ਇਹਨਾਂ ਨੇ ਭਾਈ ਵੀਰ ਸਿੰਘ ਦੇ ਪ੍ਰਭਾਵ ਸਦਕਾ ਜੋ ਹੈ ਫਿਰ ਕਾਵਿ ਸਿਰਜਣਾ ਵਾਲੇ ਪਾਸੇ ਜੋ ਹੈ ਆਪਣਾ ਧਿਆਨ ਮੋੜਿਆ। ਇਹਨਾਂ ਦਾ ਧਰਮਵੀਰ ਨਾਮ ਦਾ ਕਾਵਿ ਸੰਗ੍ਰਹਿ ਜੋ ਹੈ 1912 ਵਿੱਚ ਪ੍ਰਕਾਸ਼ਿਤ ਹੋਇਆ, ਔਰ ਇਸ ਤੋਂ ਬਾਅਦ ਇਹਨਾਂ ਨੇ 1931 ਦੇ ਵਿੱਚ ਚੰਦਨਵਾੜੀ, ਕੇਸਰ ਕਿਆਰੀ 1940 ਦੇ ਵਿੱਚ, ਨਵਾਂ ਜਹਾਨ 1945 ਅਤੇ ਸੂਫੀਕਾਨਾ 1950 ਦੇ ਵਿੱਚ ਪ੍ਰਕਾਸ਼ਿਤ ਕਰਵਾਏ। ਇਹਨਾਂ ਦੇ ਕਾਵਿ ਸੰਗ੍ਰਹਿ ਜੋ ਚੰਦਨਵਾੜੀ ਹੈ ਇਸ ਦੇ ਵਿੱਚ ਇਹਨਾਂ ਨੇ ਯਥਾਰਥਕ ਰੰਗ ਦੀ ਕਵਿਤਾ ਲਿਖਣੀ ਸ਼ੁਰੂ ਕੀਤੀ, ਕਿਉਂਕਿ ਜੋ ਇਹਨਾਂ ਦਾ ਫੁੱਲਾਂ ਦੀ ਟੋਕਰੀ ਕਾਵਿ ਸੰਗ੍ਰਹਿ ਹੈ ਇਹ ਪਰੰਪਰਾਗਤ ਰੂਪ ਦੇ ਵਿੱਚ ਲਿਖਿਆ ਹੋਇਆ, ਰਵਾਇਤੀ ਰੂਪ ਦੇ ਵਿੱਚ ਲਿਖਿਆ ਮਿਲਦਾ ਹੈ, ਔਰ ਚੰਦਨਵਾੜੀ ਇਹਨਾਂ ਦਾ ਯਥਾਰਥਕ ਕਾਵਿ ਸੰਗ੍ਰਹਿ ਹੈ। ਅਤੇ ਇਸ ਤੋਂ ਬਾਅਦ ਜੋ ਹੈ ਕੇਸਰ ਕਿਆਰੀ, ਨਵਾਂ ਜਹਾਨ ਅਤੇ ਸੂਫੀਖਾਨਾ ਜੋ ਕਾਵਿ ਸੰਗ੍ਰਹਿ ਹਨ ਇਹਨਾਂ ਦੇ ਵਿੱਚ ਇਹਨਾਂ ਦੇ ਪ੍ਰਗਤੀਵਾਦੀ ਵਿਚਾਰਾਂ ਦੀ ਝਲਕ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਇਸ ਜੋ ਸੂਫੀਖਾਨਾ ਕਾਵਿ ਸੰਗ੍ਰਹਿ ਹੈ ਇਸ ਦੇ ਵਿੱਚ ਇਹਨਾਂ ਨੇ ਖਾਸ ਕਰਕੇ ਜੋ ਆਜ਼ਾਦ ਭਾਰਤ ਦੀਆਂ ਸਮੱਸਿਆਵਾਂ ਸਨ, ਜੋ ਸਮਾਜਿਕ ਸਮੱਸਿਆਵਾਂ ਸਨ ਜਾਂ ਸਮਾਜ ਦੀ ਉੱਨਤੀ ਦੇ ਜੋ ਪੱਖ ਸਨ ਉਹਨਾਂ ਨੂੰ ਬੜਾ ਹੀ ਬਾਖੂਬੀ ਨਿਭਾਇਆ। ਨੂਰਜਹਾਂ ਅਤੇ ਬਾਦਸ਼ਾਹ ਅਤੇ ਬੇਗਮ ਇਹਨਾਂ ਦਾ 1953 ਦੇ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਕਾਵਿ ਸੰਗ੍ਰਹਿ ਹੈ। 1954 ਦੇ ਵਿੱਚ ਇੱਕ ਇਹਨਾਂ ਦਾ ਹੋਰ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੁੰਦਾ ਹੈ ਜੋ ਕਿ ਸ਼ਾਹਮੁਖੀ ਦੇ ਵਿੱਚ ਸੀ, ਸ਼ਾਹਮੁਖੀ ਭਾਵ ਉਰਦੂ ਦੇ ਵਿੱਚ, ਕਿਉਂਕਿ ਜੋ ਬਾਕੀ ਕਾਵਿ ਸੰਗ੍ਰਹਿ ਹਨ ਇਹਨਾਂ ਦੇ ਸਾਰੇ ਇਹ ਗੁਰਮੁਖੀ ਦੇ ਵਿੱਚ ਹਨ ਭਾਵ ਪੰਜਾਬੀ ਦੇ ਵਿੱਚ ਹਨ, ਪਰ 1954 ਦੇ ਵਿੱਚ ਇਹਨਾਂ ਦਾ ਅੰਤਿਮ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੁੰਦਾ ਹੈ, ਉਹ ਇਹਨਾਂ ਦਾ ਕਾਵਿ ਸੰਗ੍ਰਹਿ ਜੋ ਹੈ ਸ਼ਾਹਮੁਖੀ ਲਿਪੀ ਦੇ ਵਿੱਚ ਲਿਖਿਆ ਮਿਲਦਾ ਹੈ। ਮਾਨ ਅਤੇ ਸਨਮਾਨ ਜੋ ਹੈ ਧਰਮਵੀਰ ਧਨੀ ਰਾਮ ਚਾਤ੍ਰਿਕ ਜੀ ਨੂੰ ਇਹਨਾਂ ਦੀ ਸਾਹਿਤਕ ਸੇਵਾ ਦੀ ਬਦੌਲਤ ਜੋ ਹੈ ਇਹਨਾਂ ਦੇ 75ਵੇਂ ਜਨਮ ਦਿਨ 'ਤੇ ਇਹਨਾਂ ਨੂੰ ਇੱਕ ਅਭਿਨੰਦਨ ਗ੍ਰੰਥ ਜੋ ਸੀ ਭੇਟ ਕੀਤਾ ਗਿਆ ਸੀ। ਇਹਨਾਂ ਦੀਆਂ ਕਵਿਤਾਵਾਂ ਦਾ ਜੋ ਵਿਸ਼ਾ ਪੱਖ ਸੀ ਉਸ ਦੇ ਬਾਰੇ ਚਰਚਾ ਕਰਦਿਆਂ ਹੋਇਆਂ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਭਾਈ ਜੋ ਧਨੀ ਰਾਮ ਚਾਤ੍ਰਿਕ ਜੀ ਹਨ ਇਹਨਾਂ ਦੀਆਂ ਕਵਿਤਾਵਾਂ ਜੋ ਹਨ ਇਹਨਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਜੋ ਹੈ ਬੜਾ ਮੁਖਰ ਰੂਪ ਦੇ ਵਿੱਚ ਹੋਇਆ ਹੈ। ਕਿਉਂ? ਕਿਉਂਕਿ ਇਹਨਾਂ ਦਾ ਬਚਪਨ ਪਿੰਡਾਂ ਦੇ ਵਿੱਚ ਬੀਤਿਆ, ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਰਹਿੰਦਿਆਂ ਹੋਇਆਂ ਪੇਂਡੂ ਮਾਹੌਲ ਨੂੰ ਇਹਨਾਂ ਨੇ ਬੜਾ ਨੇੜਿਓਂ ਵਾਚਿਆ, ਔਰ ਜਿਸ ਦਾ ਇਹਨਾਂ ਦੇ ਜੀਵਨ ਦੇ ਉੱਤੇ ਬਹੁਤ ਪ੍ਰਭਾਵ ਵੀ ਪਿਆ, ਔਰ ਉਹੀ ਪ੍ਰਭਾਵ ਇਹਨਾਂ ਦੀ ਕਵਿਤਾ ਦੇ ਵਿੱਚੋਂ ਵੀ ਨਜ਼ਰ ਆਉਂਦਾ ਹੈ। ਇਸ ਲਈ ਤਾ ਉਮਰ ਭਾਵ ਸਾਰੀ ਉਮਰ ਜੋ ਹੈ ਪੰਜਾਬੀ ਸਾਹਿਤ ਸੱਭਿਆਚਾਰ ਦੀ ਸੇਵਾ ਦੇ ਵਿੱਚ ਲੀਨ ਰਹੇ। ਕੁਦਰਤ ਦਾ ਵਰਣਨ ਭਾਵ ਕੁਦਰਤ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਜੋ ਹੈ ਬੜੇ ਭਰਪੂਰ ਰੂਪ ਦੇ ਵਿੱਚ ਪੇਸ਼ ਹੋਈ ਹੈ। ਕੁਦਰਤ ਦਾ ਖੇੜਾ ਜਾਂ ਕੁਦਰਤੀ ਦ੍ਰਿਸ਼ ਜਿਹੜੇ ਹਨ ਇਹਨਾਂ ਨੂੰ ਬੜੇ ਮਨ ਨੂੰ ਮੋਹ ਲੈਂਦੇ ਸਨ, ਜਿਸ ਦਾ ਵਰਣਨ ਇਹਨਾਂ ਦੀ ਕਵਿਤਾ ਬਸੰਤ ਦੇ ਵਿੱਚ ਵੀ ਮਿਲਦਾ ਹੈ। ਜਦੋਂ ਬਸੰਤ ਕਵਿਤਾ ਦੇ ਵਿੱਚ ਇਹ ਲਿਖਦੇ ਹਨ ਕਿ ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ, ਸਾਈਂ ਦੀ ਨਿਗਾਹ ਜੱਗ 'ਤੇ ਸਵੱਲੀਏ, ਚੱਲਣੀ ਪ੍ਰੇਮੀਏ ਵਿਸਾਖੀ ਚੱਲੀਏ। ਇਹ ਵਿਸਾਖੀ ਦਾ ਮੇਲਾ ਕਵਿਤਾ ਦੇ ਵਿੱਚ ਇਹਨਾਂ ਨੇ ਇਹ ਬਿਆਨ ਕੀਤਾ ਹੈ। ਦੇਸ਼ ਪਿਆਰ ਜਾਂ ਕੌਮੀ ਭਾਵ ਵੀ ਜਿਹੜੇ ਹਨ ਇਹਨਾਂ ਦੀ ਕਵਿਤਾ ਦੇ ਵਿੱਚ ਮਿਲਦੇ ਹਨ, ਕਿਉਂਕਿ ਜੋ ਇਹਨਾਂ ਦਾ ਮਨ ਸੀ
ਕਿਉਂਕਿ ਦੇਸ਼ ਸੇਵਾ ਦੇ ਨਾਲ ਓਤ ਪ੍ਰੋਤ ਸੀ, ਇਸ ਕਰਕੇ ਇਹਨਾਂ ਦੀ ਕਵਿਤਾ ਦੇ ਵਿੱਚ ਦੇਸ਼ ਪ੍ਰੇਮ, ਕਿਉਂਕਿ ਉਸ ਵੇਲੇ ਜੋ ਹੈ ਜੋ ਸੁਤੰਤਰਤਾ ਅੰਦੋਲਨ ਸੀ, ਆਜ਼ਾਦੀ ਦਾ ਅੰਦੋਲਨ ਜੋ ਸੀ ਉਹ ਬੜੇ ਜ਼ੋਰਾਂ 'ਤੇ ਚੱਲ ਰਿਹਾ ਸੀ, ਸੋ ਉਸ ਵੇਲੇ ਦੇ ਕਵੀਆਂ ਦੇ ਵਿੱਚ ਇਹ ਭਾਵ ਦੇਸ਼ ਪਿਆਰ ਜਾਂ ਕੌਮੀ ਏਕਤਾ ਦੇ ਆ ਜਾਣੇ ਜੋ ਕੁਦਰਤੀ ਗੱਲ ਸੀ। ਇਸ ਲਈ ਇਹਨਾਂ ਨੇ ਤਾ ਉਮਰ ਜੋ ਹੈ ਹਿੰਦੂ ਸਿੱਖ ਏਕੇ ਦੇ ਲਈ ਜੋ ਹੈ ਬੜੀ ਲਗਨ ਦੇ ਨਾਲ ਕੰਮ ਕੀਤਾ, ਕਿਉਂਕਿ ਇਹ ਆਪਣੀ ਤ੍ਰੈ ਮਾਵਾਂ ਕਵਿਤਾ ਦੇ ਵਿੱਚ ਲਿਖਦੇ ਵੀ ਹਨ ਕਿ ਸਾਰੀ ਜੋ ਹੈ ਏਕੇ 'ਤੇ ਇਤਫਾਕ ਕਰਾਉਂਦਿਆਂ ਸਾਰੀ ਉਮਰ ਬੀਤ ਗਈ ਮੇਰੀ, ਓੜਕ ਦੁੱਧ ਵਿੱਚ ਕਾਂਜੀ ਪਾ ਗਿਆ ਪਾਕਿਸਤਾਨੀ ਫਿਤਨਾ ਛਾਇਆ। ਭਾਵ ਇੱਥੋਂ ਸਪਸ਼ਟ ਹੁੰਦਾ ਹੈ ਕਿ ਧਨੀ ਰਾਮ ਚਾਤ੍ਰਿਕ ਜੋ ਸਨ, ਇਹਨਾਂ ਦੇ ਦਿਲ ਦੇ ਵਿੱਚ ਦੇਸ਼ ਪਿਆਰ ਦੇ ਭਾਵ ਜੋ ਸਨ ਉਹ ਬੜੇ ਮੁਖਰ ਰੂਪ ਦੇ ਵਿੱਚ ਸਨ, ਕਿਉਂਕਿ ਇਹਨਾਂ ਦੇ ਨੇ ਉਸ ਸਮੇਂ ਨੂੰ ਬੜਾ ਨੇੜਿਓਂ ਹੋ ਕੇ ਵਾਜਿਆ ਸੀ, ਆਜ਼ਾਦੀ ਦੇ ਅੰਦੋਲਨ ਨੂੰ ਵੇਖਿਆ ਸੀ, ਮਾਣਿਆ ਸੀ। ਧਾਰਮਿਕ ਅਤੇ ਸਦਾਚਾਰਕ ਸਿੱਖਿਆ ਵੀ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਕਾਵਿ ਸੰਗ੍ਰਹਿਆਂ ਦੇ ਵਿੱਚ ਮਿਲਦੀ ਹੈ, ਕਿਉਂਕਿ ਇਹ ਜੋ ਸਨ ਪੰਜਾਬ ਦੇ ਪਿੰਡਾਂ ਦੇ ਨਾਲ ਸੰਬੰਧ ਸਨ, ਔਰ ਪਿੰਡਾਂ ਦੇ ਵਿੱਚ ਸਦਾਚਾਰਕ ਸਿੱਖਿਆ ਜੋ ਨੈਤਿਕ ਮੁੱਲ ਹਨ ਇਹਨਾਂ 'ਤੇ ਬੜਾ ਕਰੜਾ ਪਹਿਰਾ ਦਿੱਤਾ ਜਾਂਦਾ ਹੈ, ਸੋ ਇਹ ਸਿੱਖਿਆ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚੋਂ ਝਲਕਦੀ ਹੈ। ਔਰ ਧਾਰਮਿਕ ਰੰਗਣ ਵੀ ਹੈ, ਕਿਉਂਕਿ ਇਹਨਾਂ ਦੇ ਜੋ ਸਾਹਿਤ ਹੈ ਇਸ ਦੇ ਵਿੱਚ ਸਰਗੁਣ ਕਾਵਧਾਰਾ ਦੇ ਦੀਦਾਰ ਹੁੰਦੇ ਹਨ, ਔਰ ਇਹਨਾਂ ਦਾ ਦ੍ਰਿਸ਼ਟੀਕੋਣ ਜੋ ਹੈ ਉਹ ਮਾਨਵਵਾਦੀ ਹੋ ਨਿਬੜਿਆ, ਕਿਉਂਕਿ 1947 ਦੀ ਫਿਰਕੂ ਵੰਡ ਤੋਂ ਬਾਅਦ ਜੋ ਹੈ ਜਿਸ ਤਰ੍ਹਾਂ ਦਾ ਦੇਸ਼ ਦੇ ਵਿੱਚ ਮਾਹੌਲ ਸੀ, ਜਿਸ ਤਰ੍ਹਾਂ ਚਾਰ ਚੁਫੇਰੇ ਜੋ ਸੀ ਹਿੰਦੂ ਸਿੱਖ ਫਸਾਦ ਹੋ ਰਹੇ ਸਨ, ਕਿਸ ਤਰ੍ਹਾਂ ਜੋ ਹੈ ਦੇਸ਼ ਦੇ ਲੋਕਾਂ ਦੇ ਉੱਤੇ ਜੋ ਜਬਰ ਜ਼ੁਲਮ ਹੋ ਰਿਹਾ ਸੀ, ਔਰਤ ਜੋ ਹੈ ਉਸ ਜਬਰ ਜ਼ੁਲਮ ਦਾ ਸ਼ਿਕਾਰ ਸੀ, ਜਿਸ ਨੂੰ ਦੇਖਦਿਆਂ ਹੋਇਆਂ ਇਹਨਾਂ ਦੇ ਮਨ ਦੇ ਵਿੱਚ ਮਾਨਵਵਾਦੀ ਇਹ ਜੋ ਹੈ ਸ਼ਬਦ ਇਹ ਮਿਸਪ੍ਰਿੰਟ ਹੋ ਗਿਆ ਹੈ, ਮਾਨਵਵਾਦੀ ਭਾਵ ਜੋ ਸਨ ਉਹ ਬੜੇ ਸਿਰ ਚੜ੍ਹ ਕੇ ਬੋਲ ਰਹੇ ਸਨ। ਇਹਨਾਂ ਦੀਆਂ ਕਵਿਤਾਵਾਂ ਦਾ ਜੋ ਰੂਪਕ ਪੱਖ ਹੈ ਉਸ ਦੇ ਬਾਰੇ ਚਰਚਾ ਕਰਨਾ ਵੀ ਜ਼ਰੂਰੀ ਹੈ। ਭਾਸ਼ਾ ਇਹਨਾਂ ਦੀ ਠੇਠ ਸਰਲ ਪੰਜਾਬੀ ਸੀ, ਕਿਉਂਕਿ ਇਹਨਾਂ ਨੇ ਜੋ ਵੀ ਲਿਖਿਆ ਉਹ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ, ਕਿਉਂਕਿ ਇਹਨਾਂ ਦੀਆਂ ਕਵਿਤਾਵਾਂ ਦੇ ਜੋ ਵਿਸ਼ੇ ਸਨ ਉਹ ਆਮ ਲੋਕਾਂ ਦੇ ਨਾਲ ਜਾਂ ਆਮ ਜਨ ਜੀਵਨ ਦੇ ਨਾਲ ਸੰਬੰਧਿਤ ਸਨ, ਇਸ ਕਰਕੇ ਆਮ ਜਨ ਦੇ ਨਾਲ ਸੰਬੰਧਿਤ ਹੋਣ ਸਦਕਾ ਇਹ ਹਰਮਨ ਪਿਆਰੇ ਕਵੀ ਸਨ, ਔਰ ਇਹਨਾਂ ਦੀ ਭਾਸ਼ਾ ਜੋ ਸੀ ਉਹ ਠੇਠ ਸਰਲ ਅਤੇ ਪੰਜਾਬੀ ਜੋ ਆਮ ਜਨ ਜੀਵਨ ਦੀ ਭਾਸ਼ਾ ਸੀ, ਭਾਵ ਲੋਕਮੁਖੀ ਜੋ ਇਹਨਾਂ ਦੀ ਭਾਸ਼ਾ ਸੀ, ਲੋਕਮੁਖੀ ਹੋਣ ਸਦਕਾ ਲੋਕਾਂ ਦੇ ਵਿੱਚ ਵਿਚਰਨ ਸਦਕਾ ਇਹਨਾਂ ਨੇ ਸਰਲ ਭਾਸ਼ਾ ਨੂੰ ਜੋ ਹੈ ਆਪਣੀ ਕਵਿਤਾ ਦਾ ਮਾਧਿਅਮ ਬਣਾਇਆ। ਛੰਦਬੱਧ ਵੀ ਸਨ ਇਹਨਾਂ ਦੀਆਂ ਰਚਨਾਵਾਂ, ਕਿਉਂਕਿ ਛੰਦਾਂ ਦੀ ਇਹਨਾਂ ਨੇ ਬੜੀ ਹੀ ਜੋ ਹੈ ਸੂਖਮਤਾਈ ਦੇ ਨਾਲ ਵਰਤੋਂ ਕੀਤੀ। ਇਹਨਾਂ ਦਾ ਬੈਂਤ ਕੋਰੜਾ ਅਤੇ ਖਾਸ ਕਰਕੇ ਜੋ ਦੋਹਰਾ ਛੰਦ ਹੈ ਉਸ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਆਪਣੀਆਂ ਕਵਿਤਾਵਾਂ ਦੇ ਵਿੱਚ ਵਰਤਿਆ, ਖਾਸ ਕਰਕੇ ਜਦੋਂ ਮੇਲੇ ਵਿੱਚ ਜੱਟ ਜੋ ਹੈ ਉਸ ਦ੍ਰਿਸ਼ ਨੂੰ ਪੇਸ਼ ਕਰਦੇ ਹਨ, ਖਾਸ ਕਰਕੇ ਜੋ ਕਿਸਾਨ ਹਨ ਪੇਂਡੂ ਕਿਰਤੀ ਵਰਗ ਹੈ ਉਹਨਾਂ ਦੇ ਦਿਲ ਦੇ ਭਾਵਾਂ ਨੂੰ, ਦਿਲ ਦੇ ਰੰਗੀਲੇਪਣ ਨੂੰ ਪੇਸ਼ ਕਰਦਿਆਂ ਹੋਇਆਂ ਉਹਨਾਂ ਨੇ ਕੋਰੜਾ ਛੰਦ ਵਰਤਿਆ ਹੈ, ਜਿਵੇਂ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਅਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਕੱਛੇ ਮਾਰ ਵੰਝ ਲਈ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮਿਲਿਆ ਗਿਆ। ਸੋ ਇਹਨਾਂ ਦੀਆਂ ਕਵਿਤਾਵਾਂ ਜੋ ਹਨ ਛੰਦ ਯੁਕਤ ਵੀ ਹਨ ਅਤੇ ਛੰਦ ਮੁਕਤ ਵੀ ਹਨ ਕੁਝ ਕਵਿਤਾਵਾਂ, ਪਰ ਜਿਹੜੀਆਂ ਛੰਦ ਯੁਕਤ ਕਵਿਤਾਵਾਂ ਹਨ ਉਹਨਾਂ ਦੇ ਵਿੱਚ ਇਹਨਾਂ ਨੇ ਛੰਦਾਂ ਦੀ ਬੜੀ ਸੁਚੱਜੀ ਵਰਤੋਂ ਕੀਤੀ ਹੈ। ਰਸਮਈ ਕਵਿਤਾ ਹੈ ਕਿਉਂਕਿ ਇਹਨਾਂ ਦੀ ਜੋ ਕਵਿਤਾ ਹੈ ਉਸਦੇ ਵਿੱਚ ਸੰਗੀਤਕ ਅੰਸ਼ ਮੌਜੂਦ ਹੈ। ਰਾਗ ਬੜੇ ਤਾਲ ਅਤੇ ਲੈ ਬੱਧ ਕਵਿਤਾਵਾਂ ਇਹਨਾਂ ਨੇ ਸਿਰਜੀਆਂ ਹਨ ਜੋ ਬੜਾ ਰਸਮਈ ਪ੍ਰਭਾਵ ਪਾਉਂਦੀਆਂ ਹਨ। ਇਸ ਦੇ ਨਾਲ ਨਾਲ ਹੀ ਇਹਨਾਂ ਦੀਆਂ ਕਵਿਤਾਵਾਂ ਜੋ ਹਨ ਉਹ ਅਲੰਕਾਰਾਂ ਦੀ ਵੀ ਸੁੰਦਰ ਜੜਤ ਦੇ ਨਾਲ ਲਬਰੇਜ਼ ਹਨ। ਜਿਵੇਂ ਬਸੰਤ ਕਵਿਤਾ ਦੇ ਵਿੱਚ ਕਵੀ ਨੇ ਲਿਖਿਆ ਹੈ ਕਿ ਪਾਇਲਾਂ ਕੀ ਪਾਵੇ ਕਲਾ ਸੁੱਤੀਆਂ ਜਗਾਵੇ ਪਈ, ਚਿੱਤ ਹੋਇਆ ਚਿੱਤ ਚੜੀ ਅੱਖਾਂ ਨੂੰ ਖੁਮਾਰੀ ਹੈ। ਇੱਥੇ ਚਿੱਤ ਸ਼ਬਦ ਜੋ ਹੈ, ਚਿੱਤ ਹੋਇਆ ਚਿੱਤ, ਭਾਵ ਚਿੱਤ ਸ਼ਬਦ ਨੂੰ ਦੋ ਰੂਪਾਂ ਦੇ ਵਿੱਚ ਵਰਤ ਕੇ ਕਵੀ ਨੇ ਸੁੰਦਰ ਅਲੰਕਾਰ ਜੜਤ ਜੋ ਹੈ ਨਿਭਾਈ ਹੈ। ਧੱਕਾ ਮਾਰ ਆਖਿਆ ਸੁਗੰਧ ਪਿੰਨੀ ਪਾਉਣ ਅੱਗੋਂ, ਹਟ ਜਾਓ ਲੋਕੋ ਇਹ ਬਸੰਤ ਦੀ ਸਵਾਰੀ ਹੈ। ਇੱਥੇ ਮਾਨਵੀਕਰਨ ਅਲੰਕਾਰ ਜੋ ਹੈ ਕਵੀ ਨੇ ਬਸੰਤ ਰੁੱਤ ਦਾ ਕੀਤਾ ਹੈ। ਫਿਰ ਆ ਜਾਂਦੀ ਹੈ ਮੁਹਾਵਰੇਦਾਰ ਇਹਨਾਂ ਦੀ ਜੋ ਬੋਲੀ ਹੈ ਬੜੀ ਪੇਂਡੂ ਹੋਣ ਸਦਕਾ, ਕਿਉਂਕਿ ਪੇਂਡੂ ਮੁਹਾਵਰੇ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ। ਇਹਨਾਂ ਦੀ ਭਾਸ਼ਾ ਜੋ ਹੈ, ਇਹਨਾਂ ਦੀ ਬੋਲੀ ਜੋ ਹੈ ਬੜੀ ਮੁਹਾਵਰੇਦਾਰ ਅਤੇ ਟਕਸਾਲੀ ਬੋਲੀ ਹੈ, ਭਾਵ ਮਾਂਝੀ ਸੱਜੀ ਸੰਵਾਰੀ ਅਤੇ ਸ਼ੁੱਧ ਪੰਜਾਬੀ ਭਾਸ਼ਾ ਦਾ ਇਹਨਾਂ ਨੇ ਬੜੀ ਸਰਲ ਅਤੇ ਸੁਭਾਵਕ ਰੂਪ ਦੇ ਵਿੱਚ ਪ੍ਰਯੋਗ ਕੀਤਾ ਹੈ। ਮੁਹਾਵਰਿਆਂ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਠੁੱਕ ਦੇ ਨਾਲ ਵਰਤਿਆ ਹੈ ਇਹਨਾਂ ਨੇ। ਸੋ ਜੋ ਧਨੀ ਰਾਮ ਚਾਤ੍ਰਿਕ ਜੀ ਹਨ ਇਹਨਾਂ ਦੀਆਂ ਕਵਿਤਾਵਾਂ ਜੋ ਹਨ ਪੰਜਾਬੀ ਲੋਕ ਮਨ ਨੂੰ ਪਾਉਂਦੀਆਂ ਹਨ, ਮੋਹਦੀਆਂ ਹਨ, ਕਿਉਂਕਿ ਇਹਨਾਂ ਦੀ ਕਵਿਤਾ ਜੋ ਹੈ ਉਹ ਲੋਕ ਮਨ ਦੇ ਨੇੜੇ ਹੈ, ਲੋਕ ਭਾਸ਼ਾ ਦੀ ਵਰਤੋਂ ਕੀਤੀ ਹੈ, ਲੋਕ ਜਨ ਜੀਵਨ ਨੂੰ ਇਹਨਾਂ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਪ੍ਰਗਟਾਇਆ ਹੈ। ਅਸਲ ਦੇ ਵਿੱਚ ਆਧੁਨਿਕ ਕਵਿਤਾ ਨੂੰ ਜੋ ਇਹਨਾਂ ਨੇ ਇਹਦੇ ਵਿੱਚ ਪੁਰਾਤਨਤਾ ਅਤੇ ਆਧੁਨਿਕਤਾ ਦਾ ਸੁਮੇਲ ਇਹਨਾਂ ਦੀ ਕਵਿਤਾ ਦਾ ਦੇ ਵਿੱਚ ਮਿਲਦਾ ਹੈ। ਔਰ ਇੱਕ ਤਰ੍ਹਾਂ ਦੇ ਨਾਲ ਜੋ ਰਵਾਇਤੀਪਣ ਹੈ ਉਸ ਦੇ ਵਿੱਚ ਵੀ ਇਹਨਾਂ ਨੇ ਇੱਕ ਵੱਖਰੀ ਨਵੀਨਤਾ ਨੂੰ ਪੇਸ਼ ਕੀਤਾ ਹੈ। ਨਿਸ਼ਕਰਸ਼ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਧਨੀ ਰਾਮ ਚਾਤ੍ਰਿਕ ਜੋ ਹਨ ਪੰਜਾਬੀ ਸਾਹਿਤ ਦੇ ਇੱਕ ਅਜਿਹੇ ਹਰਮਨ ਪਿਆਰੇ ਸ਼ਾਇਰ ਹਨ ਜਿਨ੍ਹਾਂ ਦੀਆਂ ਕਵਿਤਾਵਾਂ ਦੇ ਵਿੱਚ ਦੇਸ਼ ਪਿਆਰ ਦੀ ਭਾਵਨਾ ਵੀ ਹੈ, ਕੁਦਰਤੀ ਨਜ਼ਾਰਿਆਂ ਦਾ ਵੀ ਵਰਣਨ ਹੈ, ਸੁਧਾਰ ਭਾਵਨਾ ਵੀ ਇਹਨਾਂ ਨੇ ਪੇਸ਼ ਕੀਤੀ ਹੈ ਅਤੇ ਮਾਨਵੀ ਮੁੱਲਾਂ ਨੂੰ ਜੋ ਹੈ ਬੜੇ ਸੁੰਦਰ ਅਤੇ ਸਪਸ਼ਟ ਰੂਪ ਦੇ ਵਿੱਚ ਆਪਣੀਆਂ ਕਵਿਤਾਵਾਂ ਦੇ ਵਿੱਚ ਪੇਸ਼ ਕੀਤਾ ਹੈ। ਔਰ ਸਭ ਤੋਂ ਵੱਡੀ ਗੱਲ ਇਹਨਾਂ ਦੀਆਂ ਕਵਿਤਾਵਾਂ ਦਾ ਜੋ ਸੰਚਾਰ ਹੈ, ਜੋ ਸੰਚਾਰ ਢੰਗ ਹੈ ਉਹ ਬੜਾ ਸਹਿਜ ਹੈ, ਬੜਾ ਸਰਲ ਹੈ, ਆਮ ਜਨ ਦੇ ਦਿਲਾਂ ਦੇ ਉੱਤੇ ਬੜਾ ਪ੍ਰਭਾਵ ਪਾਉਣ ਵਾਲੀ ਕਾਵਿ ਸਿਰਜਣਾ ਇਹਨਾਂ ਨੇ ਕੀਤੀ ਹੈ। ਸੋ ਧਨੀ ਰਾਮ ਚਾਤ੍ਰਿਕ ਜੋ ਹਨ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਪਾਠਕਾਂ ਦੇ ਵਿੱਚ ਇੱਕ ਹਰਮਨ ਪਿਆਰੇ ਸ਼ਾਇਰ ਵਜੋਂ ਪ੍ਰਵਾਨਿਤ ਹਨ ਔਰ ਆਉਣ ਵਾਲੇ ਸ਼ਾਇਰਾਂ ਦੇ ਲਈ ਵੀ ਇਹ ਚਾਨਣ ਮੁਹਾਰੇ ਦਾ ਕੰਮ ਕਰਦੇ ਰਹਿਣਗੇ। ਅੰਤ ਇੱਕ ਗੁਜ਼ਾਰਿਸ਼ ਕਿ ਜੋ ਵਿਦਿਆਰਥੀ ਇਸ ਵੀਡੀਓ ਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਔਰ ਅੱਗੇ ਵੀ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਨ, ਤਾਂ ਜੋ ਇਸ ਜੋ ਮਹਾਮਾਰੀ ਦੇ ਦੌਰ ਦੇ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਪੜ੍ਹਾਈ ਦਾ ਜੋ ਫਾਇਦਾ ਹੈ ਉਹ ਉਹਨਾਂ ਨੂੰ
ਹੋ ਸਕੇ, ਕਿਸੇ ਤਰ੍ਹਾਂ ਦਾ ਨੁਕਸਾਨ ਵਿਦਿਆਰਥੀਆਂ ਦਾ ਨਾ ਹੋਵੇ। ਵਿਦਿਆਰਥੀਆਂ ਦਾ ਇਹ ਸਾਲ ਜੋ ਹੈ ਬਹੁਤ ਕੀਮਤੀ ਹੈ, ਔਰ ਜੋ ਵਿਦਿਆਰਥੀ ਘਰ ਬੈਠੇ ਹਨ ਉਹ ਘਰ ਬੈਠੇ ਵੀ ਆਪਣੀ ਪੜ੍ਹਾਈ ਨੂੰ ਸੁਚੱਜੇ ਢੰਗ ਦੇ ਨਾਲ ਜਾਰੀ ਰੱਖ ਸਕਣ, ਇਸੇ ਲਈ ਇਸ ਚੈਨਲ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਧੰਨਵਾਦ।